ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਫਸੇ ਐਸਟੀਐਫ ਦੇ ਡੀਐਸਪੀ ਵਰਿੰਦਰ ਮਹਾਜਨ ਦੇ ਪਰਿਵਾਰ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਦੱਸ ਦਈਏ ਕਿ ਡੀਐਸਪੀ ਵਰਿੰਦਰ ਮਹਾਜਨ ਦੇ ਪਰਿਵਾਰ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ। ਦੱਸ ਦਈਏ ਕਿ ਇਸ ਮੌਕੇ ਵਰਿੰਦਰ ਮਹਾਜਨ ਦੇ ਵਕੀਲ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਸੁਪਰ ਕਾਪ ਵਜੋਂ ਵਰਿੰਦਰ ਮਹਾਜਨ ਨੂੰ ਖਲਨਾਇਕ ਬਣਾਇਆ ਗਿਆ ਸੀਗਾ ਅਤੇ ਜਦੋਂ ਪੁਲਿਸ ਨੇ ਦੱਸਿਆ ਕਿ ਕੁਛ ਨਕਦੀ ਅਤੇ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਨੇ ਉਹਨਾਂ ਦੇ ਕੋਲੋਂ ਅਤੇ ਕਿਉਂਕਿ ਵਰਿੰਦਰ ਮਹਾਜਨ ਦੀ ਧੀ ਦੇ ਵੱਲੋਂ ਮੈਮੋ ਮੰਗਿਆ ਗਿਆ ਸੀ ਅਤੇ ਉਸ ਦੇ ਵਿੱਚ ਇੱਕ ਅਤੇ ਇਸ ਮੌਕੇ ਵਰਿੰਦਰ ਮਹਾਜਨ ਦੇ ਪਰਿਵਾਰ ਦੇ ਵੱਲੋਂ ਕੀ ਕੁਛ ਕਿਹਾ ਗਿਆ ਅਤੇ ਵਰਿੰਦਰ ਮਹਾਜਨ ਦੇ ਵਕੀਲ ਦੇ ਵੱਲੋਂ ਕੀ ਕੁਛ ਕਿਹਾ ਗਿਆ ਤੁਸੀਂ ਵੀ ਸੁਣੋ। ਸਾਨੂੰ ਐਸ਼ੋਰੈਂਸ ਦਿੱਤੀ ਜਾਏ ਕਿ ਜੇ ਅਸੀਂ ਇਨਵੈਸਟੀਗੇਟਿੰਗ ਏਜੰਸੀ ਕੋਲ ਆਉਂਦੇ ਹਾਂ ਆਪਣੇ ਆ ਕੇ ਆਪਣੇ ਆਪ ਨੂੰ ਸਾਰੀ ਸਫਾਈ ਦੇਣ ਨੂੰ ਤਿਆਰ ਹਾਂ ਅਤੇ ਸਾਨੂੰ ਆਊਟਰਾਈਟਲੀ ਅਰੈਸਟ ਕਰਕੇ ਸਾਡੇ ਉੱਪਰ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਏਗੀ, ਸਾਨੂੰ ਸੁਣਵਾਈ ਦਾ ਮੌਕਾ ਦਿੱਤਾ ਜਾਏ। ਔਰ ਮੇਰੀ ਰਿਕੁਐਸਟ ਹੈ ਟੂ ਦਾ DGP, ਟੂ ਦਾ ਵਰਦੀ ਚੀਫ ਮਿਨਿਸਟਰ ਐਂਡ ਆਲ ਦਾ ਸਟੇਟ ਮਸ਼ੀਨਰੀ ਐਜ਼ ਵੈਲ ਐਜ਼ ਦਾ ਸੈਂਟਰ ਮਿਨਿਸਟਰੀ ਕਿ ਵੀ ਵਾਂਟ DSP ਵਿਵਿੰਦਰ ਮਹਾਜਨ ਟੂ ਬੀ ਵੈਰੀ ਫੇਅਰ ਐਂਡ ਕੋਪਰੇਟਿਵ ਇਨ ਦਾ ਇਨਵੈਸਟੀਗੇਸ਼ਨ। ਨਾ ਉਹ ਕਿਤੇ ਭੱਜੇ ਨੇ, ਨਾ ਉਹ ਕਿਤੇ ਉਹਨਾਂ ਦੀ ਭੱਜਣ ਦੀ ਕੋਈ ਮਨਸ਼ਾ ਹੈ, ਉਹਨਾਂ ਦੀ ਪੂਰੀ ਮਨਸ਼ਾ ਹੈ ਸਟੇਟ ਏਜੰਸੀਜ਼ ਨੂੰ ਕੋਪਰੇਟ ਕਰਨ ਵਾਸਤੇ। ਸਾਡੀ ਰਿਕੁਐਸਟ ਹੈ ਕਿ ਜਿਹੜੇ ਸੁਖਦੀਪ ਸਿੰਘ ਔਰ ਸ਼ੇਸ਼ਨ ਦੀ ਸਟੇਟਮੈਂਟਸ ਹੈ ਉਹਨਾਂ ਨੂੰ ਅੱਛੀ ਤਰ੍ਹਾਂ ਵਾਚਿਆ ਜਾਵੇ, ਉਹਨਾਂ ਦੀ ਪੂਰੀ ਕ੍ਰੈਡੀਬਿਲਿਟੀ ਨੂੰ ਚੈੱਕ ਕੀਤਾ ਜਾਵੇ। ਹੁਣ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਹੋਰ ਦੱਸ ਦਿੰਦਾ, ਇੱਕ ਬੜੀ ਚੀਜ਼ ਫਲੇਅਰ ਅਪ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਲੋਕੇਸ਼ਨ ਮੇਰੇ ਘਰ 'ਚ ਪਾਈ ਜਾ ਰਹੀ ਹੈ, ਉਹਨਾਂ ਪਰਸਨਸ ਦੀ ਲੋਕੇਸ਼ਨ ਮੇਰੇ ਘਰ 'ਚ ਪਾਈ ਜਾ ਰਹੀ ਹੈ, ਇੰਸਪੈਕਟਰ ਸੁਖਦੀਪ ਸਿੰਘ ਅਤੇ ਸ਼ੇਸ਼ਨ ਦੀ। ਹੁਣ ਤੁਸੀਂ ਸਾਰੇ ਮੀਡੀਆ ਪਰਸਨ ਹੋ, ਇੰਸਪੈਕਟਰ ਸੁਖਦੀਪ ਸਿੰਘ ਮੇਰੀ ਰੀਡਿੰਗ ਟੀਮ ਦਾ ਪਾਰਟ ਹੈ, ਮੇਰਾ ਇੱਕ ਨੈੱਟਵਰਕ ਹੈ ਜਿਹੜਾ ਸਟੇਟ ਆਫ ਪੰਜਾਬ 'ਚ ਮੈਂ ਓਪਰੇਟ ਕਰਦਾ ਵਾਂ ਡਰੱਗ ਪੈਡਲਰਸ ਨੂੰ ਪਕੜਨ ਵਾਸਤੇ। ਕੋਈ ਵੀ ਮੇਰੀ ਟੀਮ ਦਾ ਪਰਸਨ ਮੇਰੇ ਘਰ ਆ ਕੇ ਮੇਰੇ ਨਾਲ ਮੀਟਿੰਗ ਕਰ ਸਕਦਾ ਹੈ ਇਨ ਰਿਲੇਸ਼ਨ ਟੂ ਮਾਈ ਟਾਸਕ। ਮਿਸਟਰ ਸ਼ੇਸ਼ਨ ਜੇ ਸੁਖਦੀਪ ਸਿੰਘ ਦੇ ਨਾਲ ਘੁੰਮਦੇ ਹੋਏ ਉੱਥੇ ਆਉਂਦੇ ਨੇ ਇਸ ਏਰੀਏ ਵਿੱਚ ਅਤੇ ਇੱਕ ਲੋਕੇਸ਼ਨ ਆਉਂਦੀ ਹੈ, ਅਤੇ ਇਹਦਾ ਮਤਲਬ ਇਹ ਨਹੀਂ ਕਿ ਜੇ ਉਹਦੀ ਲੋਕੇਸ਼ਨ ਮੇਰੇ ਘਰ ਦੇ ਏਰੀਏ ਵਿੱਚ ਪਾਈ ਜਾ ਰਹੀ ਹੈ ਤਾਂ ਆਈ ਐਮ ਅ ਕਲਪ੍ਰਿਟ। ਜੇ ਕੋਈ ਪਰਸਨ ਮੇਰੇ ਘਰ ਦੇ ਬਾਹਰ ਆਉਂਦਾ ਹੈ ਜਾਂ ਮੇਰੇ ਘਰ ਦੇ ਅੰਦਰ ਵੀ ਆਉਂਦਾ ਹੈ, ਮੰਨ ਲਓ ਆਪਣੀ ਆਈਡੈਂਟੀਫਿਕੇਸ਼ਨ ਦੇ ਕੇ ਕਿ ਮੈਂ ਡਰੱਗ ਇੰਸਪੈਕਟਰ ਹਾਂ, ਮੈਂ ਉਹਨੂੰ ਬਿਠਾ ਕੇ ਚਾਹ ਵੀ ਪਾਣੀ ਵੀ ਪਿਲਾ ਦਿੰਦਾ ਵਾਂ, ਦੈਟ ਡਜ਼ਨਟ ਮੀਨ ਕਿ ਮੈਂ ਉਹਦੇ ਨਾਲ ਕੋਈ ਕਰਪਸ਼ਨ 'ਚ ਇੰਡਲਜ ਹੋ ਗਿਆ। ਮੇਰੀ ਪਰਪਸ ਅੱਜ ਦੀ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਕਾਲ ਕਰਨ ਦੀ ਸੀ ਉਹ ਸਿਰਫ ਇਹ ਸੀ ਕਿ ਵੀ ਰਿਕੁਐਸਟ ਟੂ ਦਾ ਸਟੇਟ ਏਜੰਸੀਜ਼, ਵੀ ਰਿਕੁਐਸਟ ਟੂ ਦਾ ਵਰਦੀ DGP ਐਂਡ ਵੀ ਰਿਕੁਐਸਟ ਟੂ ਦਾ ਲਰਨਡ ਸੈਂਟਰਲ ਏਜੰਸੀਜ਼, ਕਿਸੇ ਪਰਸਨ ਨੂੰ ਵਨ ਸਾਈਡਿਡ ਮੈਟਰ ਸੁਣ ਕੇ ਗਿਲਟੀ ਨਾ ਹੋਲਡ ਕਰੋ, ਉਹਨੂੰ ਸੁਣਵਾਈ ਦਾ ਮੌਕਾ ਦਿਓ, ਉਹ ਆ ਕੇ ਹਰ ਚੀਜ਼ ਐਕਸਪਲੇਨ ਕਰਨ ਨੂੰ ਤਿਆਰ ਹੈ, ਪ੍ਰੋਵਾਈਡਿਡ ਗੌਰਮੈਂਟ ਉਹਨੂੰ ਇੰਸ਼ੋਰੈਂਸ ਦੇ ਕਿ ਉਹਦੇ ਨਾਲ ਕੋਈ ਵੀ ਕੋਰਸਿਵ ਸਟੈਪਸ ਅਡੋਪਟ ਨਹੀਂ ਕੀਤੇ ਜਾਣਗੇ। ਐਂਡ ਵੀ ਆਰ ਹੇਅਰ ਟੂ ਕੋਪਰੇਟ ਐਵਰੀਥਿੰਗ ਬਿਕੋਜ਼ ਸਾਡੀ ਜਿਹੜੀ ਪੰਜਾਬ ਗੌਰਮੈਂਟ, ਪੰਜਾਬ ਸਟੇਟ ਹੈ, ਉਹ ਜਿਹੜੀ ਸਾਡੀ ਡਰੱਗ ਪ੍ਰੋਬਲਮ ਹੈ ਉਹਨੂੰ ਬਹੁਤ ਲਾਰਜ ਲੈਵਲ 'ਤੇ ਪ੍ਰੋਬਲਮ ਨੂੰ ਡੀਲ ਕਰ ਰਹੀ ਹੈ। ਰੋਜ਼ ਅਸੀਂ ਦੇਖਦੇ ਹਾਂ ਕਿ ਇਸ ਬਿਮਾਰੀ ਨੂੰ ਪੰਜਾਬ 'ਚੋਂ ਖਤਮ ਕਰਨਾ ਹੈ। ਜੇ ਖਤਮ ਕਰਨਾ ਹੈ ਤਾਂ ਸਾਨੂੰ ਬੜੇ ਕਾਬਿਲ ਪੁਲਿਸ ਆਫਿਸਰਸ ਦੀ ਲੋੜ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਵੱਧ ਦਾਅਵੇ ਨਾਲ ਕਹਿੰਦਾ ਵਾਂ, ਤੁਸੀਂ ਸਾਰੇ ਬੀਇੰਗ ਮੀਡੀਆ ਪ੍ਰੋਪਰਲੀ ਸਰਚ ਕਰਨਾ, ਜਿੰਨੀ ਰਿਕਵਰੀਜ਼ ਔਰ ਜਿੰਨੇ ਕੇਸਿਸ DSP ਵਿਵਿੰਦਰ ਮਹਾਜਨ ਨੇ ਪੰਜਾਬ ਵਿੱਚ ਸੋਲਵ ਕੀਤੇ ਨੇ ਔਰ ਹੈਵੀ ਰਿਕਵਰੀਜ਼ ਕੀਤੀਆਂ, ਸ਼ਾਇਦ ਹੀ ਕਿਸੇ ਹੋਰ ਪੁਲਿਸ ਆਫਿਸਰ ਨੇ ਕੀਤੀਆਂ ਹੋਣ। ਸੋ ਮਾਈ ਰਿਕੁਐਸਟ ਟੂ ਦਾ ਇੰਟਾਇਰ ਮੀਡੀਆ ਇਜ਼
ਸਾਨੂੰ ਪ੍ਰਿਡਿਕਟ ਨਾ ਕਰੋ ਕਿ ਡੀਐਸਪੀ ਬਵਿੰਦਰ ਮਹਾਜਨ ਇਜ਼ ਅ ਵਿਲਨ। ਹੀ ਇਜ਼ ਨੋਟ ਅ ਵਿਲਨ ਰਾਈਟ ਨਾਓ, ਹੀ ਇਜ਼ ਨੋਟ ਐਨ ਐਬਸਕੌਂਡਰ, ਕਿਤੇ ਨਹੀਂ ਭੱਜੇ। ਬੜੀ ਜਲਦੀ ਉਹ ਪਿਕਚਰ 'ਚ ਆਉਣਗੇ। ਅਸੀਂ ਆਪਣੇ ਜੋ ਸਾਡੇ ਲੀਗਲ ਰਾਈਟਸ ਸਾਡੇ ਕੋਲ ਅਵੇਲੇਬਲ ਨੇ ਅੰਡਰ ਲਾਅ, ਵੀ ਆਰ ਅਵੇਲਿੰਗ ਦੋਜ਼ ਰਾਈਟਸ। ਔਰ ਜੇ ਸਾਨੂੰ ਕੋਰਟ ਕਹੇਗੀ ਕਿ ਨੋ ਨੋ, ਮੈਂ ਤੁਹਾਡੀ ਗੱਲ ਤਾਂ ਸੁਣਾਂਗੀ ਜੇ ਤੁਸੀਂ ਸਰੈਂਡਰ ਕਰ ਦਿਓਗੇ, ਵੀ ਵਿਲ ਬੀ ਦੀ ਫਸਟ ਪਰਸਨ ਜਿਹੜੇ ਮੀਡੀਆ ਕੋਲ ਆ ਕੇ ਜਾਂ ਵੈਸੇ ਸਟੇਟ ਏਜੰਸੀਜ਼ ਕੋਲ ਜਾ ਕੇ ਆਪਣੇ ਆਪ ਨੂੰ ਕਹਾਂਗੇ ਵੀ ਸਰੈਂਡਰ, ਸਾਡੇ ਕੋਲ ਜੋ ਤੁਸੀਂ ਪੁੱਛਗਿੱਛ ਕਰਨੀ ਹੈ ਕਰੋ। ਕਿਤੇ ਕੋਈ ਭੱਜਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ, ਕਿਤੇ ਨਹੀਂ ਜਾ ਰਹੇ। ਫੈਮਲੀ ਉਹਨਾਂ ਦੀ ਇੱਥੇ ਹੈ, ਰਿਪਿਊਟਿਡ ਫੈਮਲੀ ਹੈ। ਕੋਈ ਐਸਾ ਉਹਨਾਂ ਦੇ ਖਿਲਾਫ ਜਿਹੜੇ ਐਲੀਗੇਸ਼ਨ ਲਗਾਏ ਜਾ ਰਹੇ ਨੇ ਮੋਟੀਵੇਟਿਡ ਨੇ, ਔਰ ਉਹਨਾਂ ਨੂੰ ਐਪੇਰੈਂਟਲੀ ਝੂਠੇ ਕੇਸ 'ਚ ਫਸਾਉਣ ਦੀ ਚਾਲ ਹੈ। ਸਰ, ਤੁਸੀਂ ਅੰਟਾਇਰ ਸਾਰਾ ਦੇਖ ਸਕਦੇ ਹੋ। ਇੱਕ ਨਵੇਂ ਇੰਨੀ ਵੀ ਦਵਾਈ ਜਾਂ ਪੈਸਾ, ਜੇ ਤੁਹਾਨੂੰ ਕੋਈ ਸਟੇਟ ਏਜੰਸੀ ਨੇ ਸਟੇਟਮੈਂਟ ਕਿਸੇ ਨੂੰ ਦਿੱਤੀ ਹੈ ਕਿ ਅਸੀਂ ਇਹਨਾਂ ਦੇ ਘਰੋਂ ਦਵਾਈਆਂ ਪਕੜੀਆਂ ਜਾਂ ਕੋਈ ਇਹਨਾਂ ਕੋਲੋਂ ਪੈਸੇ ਮੰਗੇ ਹੈ, ਮੇਰੀ ਰਿਕੁਐਸਟ ਹੈ ਸਟੇਟ ਏਜੰਸੀ ਨੂੰ ਕਹੋ ਕਿ ਉਹਦੀ ਸਰਚ ਮੀਮੋ ਦੇ ਦਿਓ। ਜਿਹੜੀ 25 ਲੱਖ ਦੀ ਗੱਲ ਕਰ ਰਹੇ ਹੋ 20 ਤਰੀਕ ਦੀ, ਉਹਦੀ ਕੋਈ CCTV ਹੈਗੀ ਹੈ? ਸਰ, ਜੇ ਕੋਈ CCTV 25 ਲੱਖ ਰੁਪਇਆ ਦਿੱਤਾ ਹੋਏਗਾ ਘਰ ਦੇ ਅੰਦਰ ਆਏ ਹੋਏ, ਸਰ ਮੈਂ ਸਾਰੀ ਗੱਲ ਛੱਡਦਾ, ਤੁਹਾਡੀ ਗੱਲ ਇੱਕ ਛੋਟੀ ਜਿਹੀ ਖਤਮ ਕਰ ਦਿੰਦਾ। ਜੇ ਪਰਸਨ SP ਰੈਂਕ ਦਾ ਪਰਸਨ ਮੇਰੇ ਨਾਲ 1 ਵਜੇ ਫਲਾਈ ਕਰ ਰਿਹਾ, 1 ਵਜੇ ਦੀ ਫਲਾਈਟ ਮੇਰੀ ਡਿਪਾਰਟ ਹੋ ਰਹੀ ਹੈ ਔਰ ਮੈਂ ਹਰਿਦੁਆਰ ਜਾ ਰਿਹਾ, ਉਸ ਵਕਤ ਦਿੱਲੀ ਗਿਆ, ਦਿੱਲੀ ਤੋਂ ਹਰਿਦੁਆਰ ਗਿਆ ਬਾਈ ਰੋਡ, ਔਰ ਜਿਹੜਾ ਕੋਰਟ 'ਚ ਚਲਾਨ ਪੇਸ਼ ਕੀਤਾ ਗਿਆ ਉਹਦੇ ਵਿੱਚ ਲਿਖਿਆ ਕਿ ਅੱਜ 20 ਤਰੀਕ ਨੂੰ DSP ਬਵਿੰਦਰ ਮਹਾਜਨ ਨਾਲ ਪੁਲਿਸ ਅਫਸਰ ਦੇ ਹਰਿਦੁਆਰ ਜਾਂਦਾ ਹੈ, ਦਿੱਲੀ ਜਾਂਦਾ ਹੈ, ਉੱਥੋਂ ਹਰਿਦੁਆਰ ਜਾਂਦਾ ਹੈ, ਪੂਰੀ ਟੀਮ ਜਾਂਦੀ ਹੈ, ਉੱਥੇ ਰੇਡ ਕੀਤੇ ਜਾ ਰਹੇ ਨੇ, ਉੱਥੋਂ ਦੋਸ਼ੀ ਅਰੈਸਟ ਕੀਤੇ ਜਾ ਰਹੇ ਨੇ, ਉੱਥੋਂ ਲੈ ਕੇ ਆਏ ਜਾ ਰਹੇ ਨੇ, ਔਰ ਜਿਹੜੇ ਪਰਸਨ ਨੂੰ ਐਸਟਰਾ ਫਾਰਮਾ ਦੇ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਪੈਸੇ ਲਏ ਨੇ, ਉਹ ਪਹਿਲੇ ਹੀ ਮਈ ਮਹੀਨੇ ਦੇ ਵਿੱਚ ਹੀ ਪਹਿਲੇ ਉਸ ਤੋਂ ਪਹਿਲੇ ਨਾਮਜ਼ਦ ਦੋਸ਼ੀ ਹੋ ਚੁੱਕੇ ਨੇ। ਜਿਹੜੇ ਪਰਸਨ ਦੋਸ਼ੀ ਨਾਮਜ਼ਦ ਹੋ ਚੁੱਕੇ ਨੇ, ਜਿਨ੍ਹਾਂ ਬਾਰੇ ਕੋਰਟ ਵਿੱਚ ਲਿਖ ਕੇ ਦਿੱਤਾ ਜਾ ਚੁੱਕਾ, ਉਹਨੂੰ ਬੈਨੀਫਿਟ ਦੇਣ ਵਾਸਤੇ ਪੈਸੇ ਕਿਸ ਤਰ੍ਹਾਂ ਲਏ ਜਾ ਸਕਦੇ? ਨਾ, ਸਟੇਟ ਏਜੰਸੀ ਵੀ ਕਰੇ, ਸਾਡੇ ਵੱਲੋਂ ਸਟੇਟ ਵੀ ਕਰੇ, ਸੈਂਟਰ ਵੀ ਕਰੇ। ਬਿਲਕੁਲ ਬਿਲਕੁਲ ਦੇਣ ਨੂੰ ਤਿਆਰ ਆ ਜੀ, ਬਿਲਕੁਲ ਕਰਨ ਨੂੰ ਤਿਆਰ। ਜੇ ਸਾਨੂੰ ਇੰਸ਼ੋਰੈਂਸ ਇਹ ਦਿੰਦੇ ਨੇ ਕਿ ਸਾਡੇ 'ਤੇ ਕੋਈ ਕੋਰਸਿਵ ਐਕਸ਼ਨ ਨਹੀਂ ਲਿਆ ਜਾਏਗਾ, ਸਾਨੂੰ ਜੇਲ੍ਹਾਂ 'ਚ ਨਹੀਂ ਸੁੱਟ ਦਿੱਤਾ ਜਾਏਗਾ, ਕਿਉਂਕਿ ਮੈਂ ਸਾਰੀ ਮੀਡੀਆ ਨੂੰ ਇੱਕ ਗੱਲ ਦੱਸਦਾ, ਜਦੋਂ ਇੰਨਾ ਆਫਿਸਰ ਜਿਹੜਾ ਇੰਨਾ ਵੱਡਾ ਡਰੱਗ ਪੈਡਲਰਸ ਨੂੰ ਪਕੜਦਾ ਹੋਵੇ, ਜਦੋਂ ਉਹਨੂੰ ਜੇਲ੍ਹ 'ਚ ਪਾਇਆ ਜਾਂਦਾ ਹੈ, ਜਦੋਂ ਉਹਨੂੰ ਇਹ ਸ਼ੋਅ ਕਰ ਦਿੱਤਾ ਜਾਂਦਾ ਹੈ ਕਿ ਵਿਲਨ ਹੈ, ਜਿਹੜੇ ਉਹਦੇ ਓਪੋਨੈਂਟਸ ਹੁੰਦੇ ਨੇ, ਜਿਹੜੇ ਪਰਸਨਸ ਨੂੰ ਅਰੈਸਟ ਕੀਤਾ ਹੁੰਦਾ ਹੈ, ਜਿਨ੍ਹਾਂ ਦੀ ਜੜ੍ਹਾਂ ਤੱਕ ਇਹ ਗਏ ਹੁੰਦੇ ਨੇ, ਉਹ ਖੁਸ਼ ਹੁੰਦੇ ਨੇ ਕਿ ਉਹ ਪਰਸਨ ਜੇਲ੍ਹ ਗਿਆ, ਉਹਦੇ ਬੈਨੀਫਿਟ ਅਸੀਂ ਲਵਾਂਗੇ ਆਪਣੇ ਟ੍ਰਾਇਲ 'ਚ, ਇਹ ਗੱਲ ਸ਼ੋਅ ਕਰਕੇ ਕਿ ਜਿਹੜੇ ਪਰਸਨ ਨੇ ਸਾਨੂੰ ਫੜਿਆ ਸੀ ਉਹਦਾ ਆਪਣਾ ਕਰੈਕਟਰ ਦਾਗੀ ਹੈ। ਇਸ ਚੀਜ਼ ਨੂੰ ਕਵਰ ਅਪ ਕਰਨ ਵਾਸਤੇ ਅਸੀਂ ਕਹਿੰਦੇ ਹਾਂ ਜੀ, ਅਸੀਂ ਆਪਣੀ ਏਜੰਸੀਜ਼ ਕੋਲ, DGP ਸਾਹਿਬ ਕੋਲ, STF ਜਾਂ ਕੋਈ ਵੀ ਏਜੰਸੀ, ਤੁਸੀਂ ਕਹੋ, ਅਸੀਂ ਉੱਥੇ ਪੇਸ਼ ਹੋਣ ਨੂੰ ਤਿਆਰ ਹਾਂ। ਅਸੀਂ ਕਿਤੇ DSP ਬਵਿੰਦਰ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ SMZ ਨਿਊਜ਼ ਦੇ ਲਈ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ।